बिहाइंड द सीन्स तुहानू दिखा रहे हैं जदों आपां गैस्ट दी वेट करदे आ वेट करना औखा हो जांदा है अज खाने विचकार सिर्फ ए रखिया जी आपां टी पार्टी विचकार देखो जी बस यही रखा अपना की कहिंदे ऐ जी जीरे वाले बिस्कुट है ऐ लिटल हार्ट्स जिहड़े अपने इंडिया विचकार सारिआं दे बड़े फेवरेट हुंदे बच्चिआं दे ए है जी इटैलियन बिस्कोटी इहदे विचकार बदाम रेजन्स मिक्स फ्लेवरस हैगे तो जे अपने आपने किसी गैस बनानी है तो चुलबुले भी हैं कुरकुरे भी हैं गोरियां दा नमकीन इनू कहने आपां इत्थे पार्टी मिक्स ते अपने सारिआं दी पंजाबीआं दी फेवरेट ए हैगी जी अपनी मटरी है इत्थे अपनी गोल परी तैयार हो रही है छोटी छोटी मिठी मिठी सामने चल रही जी अपनी व्लॉग और देखो मैं जान के अपने आप ही कैमरा कैप्चर हो गया मेरे उपर होगी क्योंकि अज मेरा इंटेंशन नहीं है कि व्लॉग ते आवां अज सिर्फ मैं बिहाइंड द सीन्स कैमरा रखांगा ते सारिआं नूं कैप्चर करांगा सब्जियां स्नैक्स अपने चल रहे जी रेडी हो जाणगे कुछ चिर तक और तुहानूं नहीं दिखावांगे हाले जदों तैयार होंगे फिर दिखावांगे स्नैक्स विचकार हैगा जी अपना तेल पियांगे दवा के ते प्याज खावांगे साडे कोल वेलकम पार्टी है साडी यूट्यूब फैमिली नाल न्यू मैंबर्स न्यू फेसिस तुहानूं साडी यूट्यूब फैमिली विच नजर आउणगे जिस दे विच जसप्रीत भाभी दे मम्मा शेंकी दे मम्मा और परम परम कौन है वो आके तो तुसी पहले भी उसनु देख चुके हो पर उसकी तुसी इंट्रोडक्शन नहीं हुई थोड़े ना अच्छी तुसी आके उसनु असी उसकी इंट्रोडक्शन अपने आप देगा वो परम कौन है दस कितना टाइम लगाओगे और चेंकी बस जिन्ने तैयार हो उन्ने भी ची आ जाओ बाकी होर छोड़ दो वैसे ही बहुत सोने हो ਕਿੰਨਾ ਟਾਈਮ ਹੈ ਘਰੋਂ ਨਿਕਲਣ ਨੂੰ ਬਸ ਤਿਆਰ ਹੋ ਆਲਮੋਸਟ 10 10 15 ਮਿੰਟ ਨਿਕਲ ਜਾਣੇ ਮੈਂ ਮੰਮਾ ਤਾਂ ਤਿਆਰ ਨੇ ਚਲ ਨਿਕਲ ਖੁਸ਼ੀ ਫਟਾਫਟ 15 ਲਗਾ 5 ਮਿੰਟ ਲਗਾ ਹਾਂਜੀ ਹਾਂ ਉਹ ਆ ਗਿਆ ਦੇਖੋ ਦੇਖੋ ਉਹ ਆ ਗਿਆ ਅਸੀਂ ਗਾਲ ਫਰਸਟ ਵਨ ਟੂ ਅਰਾਈਵ ਵੀਵ ਗਾਟ ਜਸਨੂਰ ਐਂਡ ਪਰਮ ਭਾਜੀ परमवीर है जी बाकी सारी गल भाजी नाल करांगे भाजी इज ए सक्सेसफुल बिजनेस ओनर ऑफ ए पिज़्ज़ा एंटरप्रेन्योर ऑफ अ पिज़्ज़ा फ्रेंचाइज ते भैन जी तू सानू पहला साडे व्लॉग्स देख चुके हुण ब्याह हो गया तेरा हुण भैन जी बन गई भाजी की हाल वेलकम जी वेलकम की हाल भाजी मथड़े कमासे नु हां बस वधिया और तू सीरियसली लै गया यार तू तां आ भाजी आ जाओ आ जाओ लंघ जाओ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਚਾਲ ਹੈ ਜੀ ਇਹਨਾਂ ਨੂੰ ਇੰਟਰੋਡਕਸ਼ਨ ਦੀ ਕੋਈ ਲੋੜ ਨਹੀਂ ਆਪਣੇ ਹੈਗੇ ਹੈ ਹਰਜੋਤ ਵੀਰ ਜੀ ਪਿੱਛੇ ਹੈਗੇ ਡਾਕਟਰ ਸਾਹਿਬ ਪ੍ਰੀਤ ਸਿੰਘ ਜੀ ਏ ਕੇ ਯੂ ਲਾਈਕ ਕਾਲ ਯੂ ਲਾਈਕ ਬੀ ਕਾਲ ਸੈਬੂ ਔਰ ਨੋ ਆਈ ਆਨੈਸਟਲੀ ਆਈ ਡੋ ਡੋਨਟ ਬਲੇਮ ਯੂ ਕਜ਼ ਆਈ ਆਈ ਰਾਦਰ ਗੋ ਫॉर ਪ੍ਰਨੀਤ ਆਈ ਡੋਨਟ ਕੇਅਰ ਹਾਊ ਯੂ ਡੋਨਟ ਕੇਅਰ ਹਾਊਜ਼ ਦ ਫਿੰਗਰ ਬੈਟਰ ਬੈਟਰ ਆਲ ਗੁੱਡ ਯਾ ਪਰਫੈਕਟ ਇਹ ਹੈ ਜੀ ਜਸਪ੍ਰੀਤ ਪਾਬੀ ਦੇ ਮਮ ਸਤਿ ਸ਼੍ਰੀ ਅਕਾਲ ਆਂਟੀ ਜੀ ਕੀ ਹਾਲ ਹੈ ਜੀ ਆਓ ਜੀ ਜੀ ਆਇਆਂ ਨੂੰ ਇਹ ਹੈ ਜੀ ਜਸਪ੍ਰੀਤ ਭਾਬੀ ਦੇ ਸਾਸੂ ਮਮ ਮੈਂ ਇੱਕ ਮੁੰਡੇ ਨੂੰ ਮਾਂ ਨੇ ਦੋ ਰਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੇ ਹਰੀ ਪੰਜ ਕੀ ਹਾਲ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਹੈਗੀਆਂ ਜੀ ਨੂਰ ਦੇ ਭਰਾ ਤਸ਼ਰੀ ਕੀ ਹਾਲ ਭਾਜੀ ਵਧੀਆ ਕਿਹੜਾ ਸੇਤਾ ਥੈਂਕ ਯੂ ਫॉर ਕਮਿੰਗ ਜੀ ਆਓ ਸੇਮ ਸੇਮ ਕਲਰ ਪਾਇਆ ਸੇਮ ਸੇਮ ਮਤਲਬ ਸੇਮ ਹੈ ਕਿ ਤੂੰ ਸ਼ੇਮਫੁਲ ਤੂੰ ਪਿੰਕ ਕਲਰ ਪਾਇਆ ਇਹ ਆਪਣਾ ਸਟਰੀਟ ਵਿਊ ਹੈਗਾ ਜੀ ਤੁਸੀਂ ਇਹ ਜਿੰਨੀਆਂ ਵੀ ਸਾਰੀਆਂ ਗੱਡੀਆਂ ਦੇਖ ਰਹੇ ਹੋ ਇਹ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ ਇਹ ਸਾਡੇ ਘਰ ਨਹੀਂ ਆਈਆਂ ਇਹਨਾਂ 'ਚੋਂ ਇੱਕ ਦੋ ਗੱਡੀਆਂ ਸਾਡੇ ਘਰ ਆਈਆਂ ਅਤੇ ਜਿਹੜਾ ਗੱਡਾ
ਇੱਥੇ ਰਹਿੰਦਾ ਹੈ ਗੱਡਾ ਜਸਵੀ ਅਭੀ ਖੁਸ਼ ਹੋ ਮੰਮੀ ਜੀ ਆ ਗਏ ਔਰ ਭਾਜੀ ਫਿਰ ਰੈਡੀ ਹੋ ਜੀ ਵੈਲਕਮ ਵਾਸਤੇ ਸਾਡੀ ਸਵੀਟ ਸਿਮਰ ਦਾ ਵੈਲਕਮ ਕੋਈ ਕੀਤੀ ਉਹਦੀ ਸਪੈਸ਼ਲ ਪਲੈਨਿੰਗ ਕੀਤੀ ਉਹਦੇ ਵਾਸਤੇ ਉਹਦੇ ਵੈਲਕਮ ਵਾਸਤੇ ਹਾਂਜੀ ਕੋਈ ਸਪੈਸ਼ਲ ਪਲੈਨਿੰਗ ਨਹੀਂ ਹੈ ਠੀਕ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਅਤੇ ਫਿਰ ਸਿਮਰ ਨੂੰ ਲੈ ਕੇ ਪਲੈਨ ਹੈਮਿਲਟਨ ਰਹਿਣ ਦਾ ਹੀ ਹੈ ਕਿ ਸਾਡੇ ਕੋਲ ਬਰੈਂਪਟਨ ਆਉਣ ਦਾ ਫਿਰ ਹੈਮਿਲਟਨ ਠੀਕ ਹੈ ਜੋਬਸ ਵਗੈਰਾ ਗੁੱਡ ਆਈਡੀਆ ਅਤੇ ਆਪਣੀ ਬਿਲਵਡ ਵਾਈਫ ਨੂੰ ਲੈਣ ਜਾਓਗੇ ਇੰਡੀਆ ਗੁੱਡ ਆਈਡੀਆ ਪਰਫੈਕਟ ਚਲੋ ਠੀਕ ਹੈ ਭਾਜੀ ਬਹੁਤ ਵਧੀਆ ਆਲ ਦ ਵੈਰੀ ਬੈਸਟ ਟੂ ਯੂ ਪੱਕੀ ਗੱਲ ਹੈ ਲਓ ਵੀ ਸਿਮਰ ਹਸਬੈਂਡ ਨੇ ਪ੍ਰੋਮਿਸ ਕਰਤਾ ਹੋਇਆ ਕੈਮਰੇ ਦੇ ਉੱਪਰ ਕਿ ਜੇ ਸੰਜੂ ਦਾ ਪੀ ਆਰ ਕਾਰਡ ਆ ਗਿਆ ਤਾਂ ਤੁਹਾਨੂੰ ਆਪ ਲੈਣ ਇੰਡੀਆ ਆਏਗਾ ਫਸਟ ਕਲਾਸ ਟਿਕਟ 'ਤੇ ਡਨ ਚਲੋ ਬਹੁਤ ਵਧੀਆ ਬਹੁਤ ਵਧੀਆ ਜੀ ਪ੍ਰੋਮਿਸ ਹੋ ਗਿਆ ਜੀ ਇਹ ਮਤਲਬ ਲੱਗਦਾ ਫਿਰ ਪੀ ਆਰ ਨਹੀਂ ਆਉਣਾ ਕਾਰਡ ਨਹੀਂ ਆਉਣਾ ਪੀ ਆਰ ਦਾ ਅੱਛਾ ਉਸ ਤੋਂ ਬਾਅਦ ਮਤਲਬ ਫਸਟ ਕਲਾਸ ਨਹੀਂ ਜਾਣਾ ਤਾਂ ਲੈਣ ਜਾਣਾ ਬਹੁਤ ਵਧੀਆ ਕੀ ਪਲੈਨ ਹੈ ਭਾਬੀ ਵੈਸੇ ਹੁਣ ਆਂਟੀ ਦੇ ਨਾਲ ਮੈਂ ਸਾਡੇ ਆਂਟੀ ਤੁਹਾਡੇ ਮੰਮੀ ਉਹਨਾਂ ਨਾਲ ਕੀ ਪਲੈਨ ਹੈ ਕਿੱਥੇ ਕਿੱਥੋਂ ਉਹਨੂੰ ਘੁਮਾਉਣਾ ਨਿਆਗਰਾ ਫੋਲ ਜਾਣਾ ਹੀ ਜਾਣਾ ਉਹ ਤਾਂ ਹੈ ਹੀ ਹੈ ਉੱਥੇ ਸਹੀ ਗੱਲ ਹੈ ਮਤਲਬ ਤੀਰਥ ਇਸ਼ਨਾਨ ਹੈ ਨਿਆਗਰਾ ਫੋਲ ਪਰ ਵੈਸੇ ਸੀਰੀਅਸ ਹੋਰ ਕਿੱਥੇ ਕਿੱਥੇ ਜਾਣਾ ਪੈਣਾ ਆਂਟੀ ਨਾਲ ਠੀਕ ਹੈ ਬਸ ਦੋ ਦਿਨ ਥੋੜੇ ਦਿਨ ਸੋਰੀ 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 ਡੋਰਾ ਹੋਇਆ ਪਿਆ ਪਰਫੈਕਟ ਗੁੱਡ 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 ਮੈਂ ਕੁਛ ਸੋਚਿਆ ਤੇਰੇ ਕੀ ਪਲੈਨ ਹੈ ਵੀ ਜਾਣ ਦਾ ਪੀਜ਼ਾ ਆਪਣਾ ਇਹ ਜਿਹੜੀ ਨੂਰ ਹੈਗੀ ਹੈ ਇਹਨੇ ਆਪਣਾ ਮੀਆਂ ਜੀ ਨਾਲ ਮਿਲ ਕੇ ਸਾਰਾ ਪੀਜ਼ਾ ਮਿਲ ਕੇ ਮਤਲਬ ਸਾਰਾ ਮੀਆਂ ਜੀ ਨੇ ਸਭ ਕੁਛ ਕੀਤਾ ਹੈ ਅਤੇ ਨੂਰ ਨੇ ਬਾਗਡੋਰ ਸੰਭਾਲਦੀ ਹੋਈ ਹੈ ਪੀਜ਼ੇ ਬਣਾਉਣ ਦੀ ਨੂਰ ਦਾ ਮੇਨਲੀ ਕੰਮ ਇਹ ਹੈ ਝਾੜੂ ਪੋਚੇ ਕਰਨਾ ਸਟੋਰ 'ਤੇ ਠੀਕ ਹੈ ਇੰਨੇ ਵਧੀਆ ਬਸ ਸਾਰੇ ਕੰਮ ਕਰ ਲੈਂਦੇ ਨੂਰ ਪੀਜ਼ਾ ਬਣਾ ਲੈਂਦੀ ਹੈ ਟੇਲ ਸੰਭਾਲ ਲੈਂਦੀ ਹੈ ਇੰਪਲੋਈਜ਼ ਨੂੰ ਮੈਨੇਜ ਕਰ ਲੈਂਦੀ ਹੈ ਸਬਜ਼ੀਆਂ ਕੱਟ ਲੈਂਦੀ ਹੈ ਪੀਜ਼ਾ ਡੋ ਬਣਾ ਲੈਂਦੀ ਹੈ ਹੋਰ ਕੀ ਗਾਹਕ ਵੀ ਲਿਆਉਂਦੀ ਹੈ ਮਤਲਬ ਉਹਨਾਂ ਨੂੰ ਇਨਵਾਈਟ ਕਰਕੇ ਸਾਡੇ ਸਟੋਰ 'ਤੇ ਆਓ ਐਡਰੈਸ ਕੀ ਹੈ ਸਟੋਰ ਦਾ ਇਹ ਇਹਨਾਂ ਕੋਈ ਪਤਾ ਨਹੀਂ ਦਿੰਦਾ ਬਹੁਤ ਵੱਡੀ ਚੰਗੀ ਬੇਇੱਜ਼ਤੀ ਹੋ ਜਾਏਗੀ ਤੇਰੀ ਉਹ ਤਾਂ ਕਰਕੇ ਹੈ ਕਿਉਂਕਿ ਤੇਰਾ ਖੁਦ ਦਾ ਹੀ ਸਟੋਰ ਹੈ 515 ਰਿਚਮਨ ਸਟਰੀਟ ਲੰਡਨ ਓਂਟਾਰੀਓ ਠੀਕ ਹੈ ਅਤੇ ਕੋਈ ਸਭ ਤੋਂ ਫੇਵਰੇਟ ਪੀਜ਼ਾ ਜੋ ਕਸਟਮਰਸ ਆਰਡਰ ਕਰਦੇ ਹਨ ਬਰੁਕਲਿਨ ਪੈਪਰੋਨੀ ਕਿੰਨੇ ਸਾਈਜ਼ਸ ਸਾਈਜ਼ ਆਈ ਮੀਨ ਮੀਡੀਅਮ ਹੈ ਲਾਰਜ ਮੀਡੀਅਮ ਜਾਂ ਲਾਰਜ ਮੋਸਟਲੀ ਆਰਡਰ ਕਰਦੇ ਹਨ ਮੀਡੀਅਮ ਜਾਂ ਲਾਰਜ ਤੇ ਉਸ ਕਾਰ ਕਿਹੜੀ ਕਿਹੜੀ ਟੌਪਿੰਗਸ ਪੈਂਦੀ ਹੈ ਪੈਪਰੋਨੀ 1 ਕਪਰੋਨੀ ਹੈ ਕਪਰੋਨੀ ਹੈ ਕਪਰੋਨੀ ਅੱਛਾ ਠੀਕ ਹੈ ਕਪਰੋਨੀ ਕਿਹੜੀ ਹੋਈ ਚੀਜ਼ ਤੇ ਕਪਰੋਨੀ ਕੀ ਹੁੰਦਾ ਅੱਛਾ ਮਤਲਬ ਮੋਟੀ ਮੋਟੀ ਪੈਪਰੋਨੀ ਛੋਟੀ ਛੋਟੀ ਕੈਪਰੋਨੀ ਹੋਰ ਚੀਜ਼ ਪੈਂਦਾ ਹੋਰ ਬਸ ਦੋ ਮਤਲਬ ਦੋ ਤਰੀਕੇ ਦੇ ਚਿਕਨ ਦੋ ਤਰ੍ਹਾਂ ਦੇ ਡੀਟੇਲ ਉਹ ਦੱਸ ਦਿੰਦੇ ਪਰ ਇਹ ਕੈਪਰੋਨੀ ਕੀ ਹੁੰਦਾ ਕ੍ਰਿਸਪੀ ਪੈਪਰੋਨੀ ਮਤਲਬ ਪੈਪਰੋਨੀ ਦੀ ਭੈਣ ਕਿ ਭਰਾ ਉਹਦਾ ਸ਼ਿਵਲਿੰਗ ਸ਼ਿਵਲਿੰਗ ਠੀਕ ਹੈ ਮਤਲਬ ਬੜਾ ਛੋਟਾ ਕੋਈ ਨਹੀਂ ਚਲੋ ਵਧੀਆ ਹਰਮਨ ਸਮਲੀਨ ਸਤਿ ਸ਼੍ਰੀ ਅਕਾਲ ਜੀ ਇਹ ਚੁਪਹਿਰਾਂ ਦੀ ਬੀਬੀ ਚੁਪਹਿਰਾਂ ਦੀ ਕਰਤਾ ਧਰਤਾ ਸਾਰੀ ਅਤੇ ਆਪਣੇ ਸ਼ੈਂਕੀ ਭਾਅ ਜੀ ਮੁਬਾਰਕ ਇੰਡੀਆ ਜਿੱਤ ਗਿਆ ਇੰਡੀਆ ਜਿੱਤ ਗਿਆ ਸਭ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਅਤੇ ਵੀ ਸਾਡੇ ਗੈਸਟ ਆਫ ਆਨਰ ਨਿਊ ਫੈਮਿਲੀ ਮੈਂਬਰ ਇਹ ਹੈਗੇ ਜੀ ਸ਼ੈਂਕੀ ਦੇ ਮੋਮ ਆਂਟੀ ਜੀ ਸਾਡੇ ਕੋਲੋਂ ਇੰਡੀਆ ਤੋਂ ਆਏ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਅਤੇ ਕਿਹੜੇ ਫਲੈਟ 'ਤੇ ਆਂਟੀ ਜੀ ਕਿਹੜੀ
ਇਹ ਕਹਿਣਾ ਤੇ ਠੀਕ ਨਹੀਂ ਫੈਟ ਆਂਟੀ ਦੰਗਦੇ ਕਿਤਾ ਪਾਇਲਟ ਨੇ ਬਾਏ ਤਾਂ ਨਹੀਂ ਖੋਲੀ ਹਾਂ ਆਂਟੀ ਆਓ ਪਲੀਜ਼ ਬੈਠੋ ਬੈਠੋ ਆਓ ਜੀ ਆਓ ਤੇ ਹੈ ਸਾਡੀ ਛੋਟੀ ਜੀ ਮਿੱਕੀ ਮਾਊਸ ਆਓ ਜੀ ਆਂਟੀ ਜੀ ਇਹ ਸਾਰੀਆਂ ਚੀਜ਼ਾਂ ਦੇ ਘਰ ਬਹੁਤ ਘੱਟ ਅੰਡਾ ਹੈਗਾ ਹਾਂਜੀ ਮਜ਼ਾਕ ਕਰ ਰਿਹਾ ਆਂਟੀ ਮਿਨੀਮਮ ਸਕੇਲ ਤੇ ਹਲਕਾ ਹਲਕਾ ਚਿਕਨ ਪਾਇਆ ਹਲਕਾ ਹਲਕਾ ਅੰਡਾ ਪਾਇਆ ਕਿਹਦੇ ਵਿੱਚ ਨਹੀਂ ਨਹੀਂ ਮੈਂ ਕਿਹਾ ਕਿੱਥੋਂ ਅੰਡਾ ਆਉਂਦਾ ਨਹੀਂ ਆਉਂਦਾ ਯਾਰ ਨਹੀਂ ਮੈਂ ਕਿਹਾ ਜਿਸ ਨਹੀਂ ਅੰਡਾ ਆਉਂਦਾ ਨਾ 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 ਕੋਈ ਨਹੀਂ ਆਂਟੀ ਪਾਠ ਕਰ ਲਿਓ ਖਾ ਕੇ ਬਾਬਾ ਜੀ ਬਾਹਰ ਦੇਖਣੇ ਕੋਈ ਚੱਕਰ ਨਹੀਂ ਹੈ ਉੱਪਰ ਜਾ ਕੇ ਦੇਖਣਾ ਤੂੰ ਉੱਪਰ ਭੇਜ ਦੇ ਹੁਣੇ ਹੁਣੇ ਬੰਦਾ ਕਨੇਡਾ ਆਇਆ ਤੂੰ ਬੰਦੇ ਨੂੰ ਉੱਪਰ ਭੇਜ ਦੇ ਹਾਂ ਹੁਣ ਖਾ ਲਓ ਸਹੀ ਗੱਲ ਹੈ ਸਹੀ ਗੱਲ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਹਾਲ ਹੈ ਜੀ ਠੀਕ ਠਾਕ ਅੰਕਲ ਆਓ ਜੀ ਆਓ ਆਓ ਭਾਜੀ ਪਲੀਜ਼ ਆਓ ਆਓ ਭੈਣ ਖਾ ਲਿਆ ਤੈਨੂੰ ਲੋੜ ਹੈਗੀ ਚੱਲ ਜਾ ਮੈਂ ਸੱਚੀ ਕਹਾਂ ਇੱਕ ਗੱਲ ਪੁੱਛਾਂ ਵਿਆਹ ਤੋਂ ਬਾਅਦ ਕਿੱਦਾਂ ਐਕਸਪੀਰੀਅੰਸ ਲੱਗ ਰਿਹਾ ਤੈਨੂੰ ਲੱਗ ਰਿਹਾ ਕਿ ਤੂੰ ਮੈਰਿਡ ਹੋ ਚੁੱਕੀ ਹੈ ਤੂੰ ਵਾਈਫ ਬਣ ਗਈ ਹੈ ਤੂੰ ਕਿਸੇ ਦੇ ਘਰ ਦੀ ਨੂੰਹ ਬਣ ਗਈ ਹੈ ਤੈਨੂੰ ਉਹ ਫੀਲਿੰਗ ਆ ਰਹੀ ਹੈ ਕਿਉਂਕਿ ਇਹ ਭਾਵ ਹੈ ਨਹੀਂ ਨਹੀਂ ਵੈਸੇ ਜੈਂਟਲੀ ਅੰਦਰੋਂ ਵੀ ਆ ਰਹੀ ਹੈ ਅੱਛਾ ਵੈਸੇ ਇਸ ਨੂੰ ਕੀ ਕਹਿੰਦੇ ਹੈ ਚੂੜਾ ਚੂੜਾ ਇਹਨੂੰ ਇੰਗਲਿਸ਼ ਹੀ ਕਹਿੰਦੇ ਹੈ ਬੈਂਗਲ ਆਈ ਡੋਨਟ ਨੋ ਆਈ ਡੋਨਟ ਥਿੰਕ ਸੋ ਚੂੜਾ ਹੀ ਕਹਿੰਦੇ ਹੈ ਹੈ ਸਮਲੀਨ ਦਾ ਵੀ ਬੜਾ ਵਿਆਹ ਕਰਾਉਣ ਦੇ ਮਨ ਹੈ ਨਹੀਂ ਮੇਰਾ ਜੇ ਸਮਲੀਨ ਦੇ ਪਾਪਾ ਦੇਖ ਰਹੇ ਇੰਡੀਆ ਉਹ ਕਹਿ ਰਹੇ ਕਿ ਇਸੇ ਪਾਸੇ ਰਿਸ਼ਤਾ ਲੱਭੋ ਐਲੀਜੀਬਲ ਬੈਚਲਰ ਦੱਸ ਦੇ ਕਿਹੜਾ ਮੁੰਡਾ ਚਾਹੀਦਾ ਜੀ ਇਹੀ ਕਹਿ ਰਹੇ ਕਿ ਸਾਡੇ ਵਰਗਾ ਚਾਹੀਦਾ ਹੱਦ ਹੈ ਯਾਰ ਦੱਸ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਤੂੰ ਵੀ ਆਏਗਾ ਚੱਲ ਸਤਿ ਸ਼੍ਰੀ ਅਕਾਲ ਆਂਟੀ ਜੀ ਕੀ ਹਾਲ ਹੈ ਜੀ ਵਧੀਆ ਆਂਟੀ ਕਿਹਦੇ ਸਿਹਤਾਂ ਜੀ ਫਸਟ ਕਲਾਸ ਵਧੀਆ ਵਧੀਆ ਕਿਉਂ ਨਹੀਂ ਜਿੱਤਗੇ ਹਾਰ ਨਹੀਂ ਜਿੱਤਗੇ ਖੁਸ਼ੀ ਮੈਂ ਗੱਲ ਪੁੱਛ ਤੇਰੇ ਸੀਕਰੇਟ ਕੀ ਹੈ ਹੈ ਚਲੀ ਗਈ ਦੱਸ ਉਧਰ ਹੈ ਕਿਹੜੀ ਬਲੌਗ ਕਿੰਨੀ ਪੈ ਲੱਗਦੀ ਸੀ ਮਤਲਬ ਹੈ ਅੱਜ ਮੈਂ ਵਲੌਗ ਚ ਨਹੀਂ ਆ ਰਿਹਾ ਪਰ ਸਾਹਮਣੇ ਮੇਰਾ ਬੂਥਾ ਆ ਰਿਹਾ ਵਲੌਗ ਵਿਚਕਾਰ ਸਿਮਰ ਚੱਕ ਲੈ ਪਲੇਟ ਹੁਣ ਵੀਰੇ ਚੱਕ ਲੈ ਪਲੇਟ ਸਿਮਰ ਖਾਣੀ ਚਾਂਪਾਂ ਨਹੀਂ ਪਤਾ ਚਿਕਨ ਖਾਂਦੀ ਹੈ ਉਹ ਤਾਂ ਚਿਕਨ ਮਤਲਬ ਤੋੜਦੀ ਹੈ ਪਰ ਚਾਂਪਾਂ ਖਾਂਦੀ ਹੈ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਉਹ ਹੈਲੋ ਇਹ ਸਟੋਰ ਬੋਟ ਹੈ ਘਰ ਨੀ ਬਣਾਈਏ ਉਹੀ ਖੁਸ਼ ਹੋਈ ਜਾ ਰਹੀ ਹੈ ਸਵਾਦ ਹੈ ਮੈਂ ਚੀਜ਼ ਬਾਹਰੋਂ ਲੈ ਕੇ ਆਇਆ ਇਹਨੇ ਕੁਛ ਨੀ ਬਣਾਇਆ
ਇਹਨੇ ਸਿਰਫ ਗੋਲਗੱਪਿਆਂ ਦਾ ਪਾਣੀ ਖੋਲ ਕੇ ਜੱਗ ਚਪਾਈ, ਹੋਰ ਕੁਛ ਨਹੀਂ ਕੀਤਾ ਇਸਨੇ। ਆਹੋ ਬਾ ਬੂੰਦੀ ਪਾਣ ਜੋ ਗਈ ਹੈ ਤੂੰ, ਨਹੀਂ ਜਿੰਨੀਆਂ ਮਰਜ਼ੀਆਂ ਪਾ, ਮੈਂ ਐਡਿਟ ਕਰ ਦਾਂਗਾ ਹੱਦ ਹੈ ਯਾਰ, ਕਮਾਲ ਦੀ ਜੂ, ਜਿੰਨਾ ਮਰਜ਼ੀ ਖਾ, ਕਮਾਲ ਦੀ ਗੱਲ ਹੈ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਹੈ ਜੀ, ਮੱਥਾ ਟੇਕਿਆ ਤੁਹਾਨੂੰ ਮੈਂ? ਕੀ ਹਾਲ ਆਂਟੀ, ਵਧੀਆ ਸਿਹਤਾਂ ਜੀ? ਮੈਂ ਕਿਹਾ ਤੁਹਾਡੀ ਵੀਡੀਓ ਘੈਂਟ ਬਣ ਗਈ, 11-12 ਹੋ ਗਏ ਵਿਊਜ਼, ਵਧੀਆ ਟੱਚ ਫੂਡ ਹੋ ਗਏ। ਥੈਂਕ ਯੂ ਸੋ ਮਚ। ਨਹੀਂ ਨਹੀਂ ਕੋਈ ਨਹੀਂ ਆਂਟੀ ਜੀ, ਕੋਈ ਨਹੀਂ, ਨਹੀਂ ਨਹੀਂ ਬਿਲਕੁਲ ਨਹੀਂ, ਅੱਛੀ ਬਣੀ ਸੀ। ਓ ਨਹੀਂ ਯਾਰ, ਥੈਂਕ ਯੂ ਗੋਡ ਯਾਰ, ਆਪਾਂ ਫੈਮਿਲੀ ਹੈ, ਹੁਕਮ ਕਰੋ ਜੀ, ਹੁਕਮ ਕਰੋ। ਚਾਹ ਮੇ ਚਾਪਾ ਲਾਈਕ ਕਰਦੀ ਹੈ ਹੈ, ਚਾਹ ਮੇ ਚਾਪਾ ਖਾਂਦੀ ਹੈ, ਖਟੇ ਸਕੇ ਦੇਖ। ਮੈਂ ਕਿਹਾ ਤੂੰ ਖਾ ਕੇ ਦੇਖ, ਠੀਕ ਹੈ ਕਿ ਚੈਨ ਮਤਲਬ ਕੀ, ਮਤਲਬ ਤੇਰੇ ਨਾਮ ਦਾ ਕੀ ਬਿਊਟੀਫੁਲ, ਮਤਲਬ ਤੈਨੂੰ ਦੇਖ ਕੇ ਨਾਮ ਦੇ ਰੱਖਿਆ। ਮਜ਼ਾਕ ਕਰ ਰਿਹਾ, ਬਹੁਤ ਕਿਊਟ ਨਾਮ ਹੈ, ਬਹੁਤ ਕਿਊਟ ਨਾਮ ਹੈ। ਚੈਨ ਮੀਤ ਤੇ ਚਹਿਨ ਦਾ ਮਤਲਬ ਕੀ ਹੁੰਦਾ? ਫੀਸ ਉਹ ਚੈਨ ਦਾ ਮਤਲਬ ਕਹਿ ਰਿਹਾ, ਚਹਿਨ ਦਾ ਮਤਲਬ ਪੁੱਛ ਰਿਹਾ ਤੇ ਤੇਰੇ ਨਾਮ ਦੀ ਪਰ ਚੈਨ ਦਾ ਮਤਲਬ ਖਿਲਿਆ ਹੋਇਆ, ਖਿਲਿਆ ਹੋਇਆ ਤੇ ਮੀਤ, ਹਾਂ ਉਹ ਤਾਂ ਹੈ, ਫਲਾਵਰ ਤਾਂ ਹੈ, ਬਲੂਮਿੰਗ ਆਨੀਅਨ ਹੈ, ਉਹ ਤਾਂ ਪਤਾ ਤੈਨੂੰ ਨਹੀਂ ਆਉਂਦੀ, ਉਹ ਤਾਂ ਮਤਲਬ ਤਾਂ ਤੂੰ ਪੰਜਾਬੀ ਸਕੂਲ ਖਾਲਸਾ ਸਕੂਲ ਪਾਇਆ ਪਿਆ, ਪਰ ਨਹੀਂ ਪਰ ਅੱਛਾ, ਚਹਿਨ ਮਤਲਬ ਬਲੂਮਿੰਗ, ਬਲੋਸਮਿੰਗ, ਵੈਰੀ ਨਾਈਸ। ਤੇ ਮੀਤ ਦਾ ਮਤਲਬ ਹੈ, ਮੀਟਿੰਗ ਪੀਪਲ, ਕਲੋਜ਼ ਮਤਲਬ ਦੋਸਤ ਨਾ, ਫਰੈਂਡ ਨਾ, ਮਤਲਬ ਖੁੱਲਿਆ ਹੋਇਆ ਦੋਸਤ, ਖਿਲਿਆ ਹੋਇਆ ਦੋਸਤ, ਖਿਲਿਆ ਹੋਇਆ ਦੋਸਤ, ਠੀਕ ਹੈ, ਚੱਲ ਵਧੀਆ। ਤੇਰੇ ਪੈਨ ਕਿਉਂ ਚੱਲ ਰਹੀ ਹੈ? ਉਹ ਤੇਰੀ ਮੰਮੀ ਦੀ ਵੀਡੀਓ ਬੜੀ ਹਿੱਟ ਹੋ ਗਈ ਯਾਰ ਫੇਸਬੁੱਕ ਤੇ, ਕਿਉਂ ਤੰਗ ਕਰ ਰਹੇ ਉਸ ਨੂੰ? ਹੈ ਸਰ ਨਹੀਂ ਆਉਂਦੀ, ਬੁਲਿੰਗ ਕਰ ਰਹੇ ਹੋ, ਬਦਤਮੀਜ਼ ਭਾਜੀ, ਡਿਫੈਂਡ ਕਰੋ ਓਨਰ, ਕਿਉਂ ਤੰਗ ਕਰ ਰਹੇ ਬੱਚੀ ਨੂੰ, ਅਗਲੇ ਨੂੰ ਖਾਣ ਦੇ ਨੂਡਲਸ ਖਾਇਆ ਪੁੱਤਰ, ਚੂੜੇ ਵਾਲੀ ਬੱਚੀ, ਇਹਨੂੰ ਵੀ ਦੇਖ ਲਿਆ, ਵੈਸੇ ਇਸ ਨੂੰ ਵੀ ਇੰਪੋਰਟੈਂਸ ਮਿਲ ਰਿਹਾ, ਕਿੰਨਾ ਅੱਛਾ ਲੱਗ ਰਿਹਾ ਨੀ, ਭੈਣ ਭੈਣ ਦੀਦੀ ਅੱਛਾ ਲੱਗ ਰਿਹਾ, ਬਸ ਇਹ ਮੋਬਾਈਲ ਭਾਜੀ, ਅੱਜ ਇਸਦਾ ਅੱਜ ਭਾਜੀ, ਅੱਜ ਤੁਹਾਡੀ ਇੰਪਲੋਈ ਬਣ ਕੇ ਆਈ ਕਿ ਇਸ ਵਾਈਫ ਬਣ ਕੇ ਆਏ, ਤੈਨੂੰ ਪੇਡ, ਅੱਜ ਤੈਨੂੰ ਪੇਡ ਹੋਏਗਾ ਇਹਦਾ, ਹੈ ਓਨਰ ਬਣ ਕੇ ਆਏ, ਓਹੋ ਵਾਹ ਜੀ ਵਾਹ, ਅੱਛਾ ਲੱਗਦਾ ਨਾ ਬੜਾ, ਕੋਈ ਨੀ ਭਾਈ, ਦਿਲ ਦੀਆਂ ਸਾਂਝਾ ਕਰਾਂਗੇ, ਜਿਹਨਾਂ ਜਿਹਨਾਂ ਦਾ ਵਿਆਹ ਹੋ ਗਿਆ, ਤੂੰ ਵੀ ਵਿੱਚੀ ਹੈ, ਨਿਕਲ ਜਾਂਦਾ, ਸੱਚੀ ਤੂੰ ਸੱਚੀ ਕਹਾਂ, ਤੂੰ ਸਾਡੇ ਸਾਰਿਆਂ ਦਾ ਐਸਾ ਸਿਆਪਾ ਪਾ ਪੈਣਾ ਜਿਹੜੀ ਸ਼ਾਇਰੀ ਲਿਖ ਲਿਖ ਕੇ, ਤੂੰ ਐਸਾ ਸਿਆਪਾ ਕੀਤਾ ਪੈਣਾ, ਤੂੰ ਤੇਰਾ ਤੇਰਾ ਸਟੇਟਸ ਚੈੱਕ ਕਰਦੇ ਹੋ, ਸਿਆਪਾ ਮੇਰਾ ਪੈ ਜਾਂਦਾ, ਨਹੀਂ ਉਸ ਦਿਨ ਮੈਂ ਵੀ ਕਹਿ ਰਹੀ, ਮੈਂ ਕਿਹਾ ਉਹਨੂੰ ਚੈੱਕ ਕਰੋ ਕਿੰਨੀਆਂ ਲਾਈਨਾਂ ਲਿਖਦਾ, ਤੁਸੀਂ ਅੱਜ ਤਾਂ ਇੱਕ ਲਾਈਨ ਚੱਡੀ ਬੋਲੀ ਹੈ, ਉਹਨੇ ਸਿਰਫ ਲਾਵਾਂ ਵਿੱਚ ਘਰ ਹਿੱਸਾ ਪਾਇਆ ਆਪਣਾ, ਸਭ ਤੋਂ ਚਾਹੀਦੀ ਲਾਈਨਾਂ ਉਹੀ ਸੀਗੀਆਂ, ਲਾਵਾਂ ਪਹਿਲੀ ਦੂਜੀ ਤੀਜੀ ਚੌਥੀ, ਪਰ ਇਹ ਸਾਡਾ ਚੌਥਾ ਕਰਵਾਇਆ, ਤੇਰਵੀਂ ਕਰਵਾਇਆ ਸਾਡੀ, ਹੈ ਆਪ ਲਿਖਦੇ ਸਾਨੂੰ ਸਾਰੀਆਂ ਗੱਲਾਂ, ਸਾਰੀ ਲਾਈਨਾਂ ਆਪਣੀ ਹੁੰਦੀਆਂ ਹੈ, ਕੌਣ ਬੁਲੀ ਕਰਿਆ ਤੈਨੂੰ, ਆਲ ਆਫ ਵਾਸਤੇ ਇੰਗਲਿਸ਼ ਖਤਮ, ਚਲੋ ਇੰਗਲਿਸ਼ ਖਤਮ, ਲਓ ਜੀ ਸਾਡੇ ਪਾਸ ਸਾਰਿਆਂ ਵਾਸਤੇ ਗਿਫਟ ਆਏ ਜੀ, ਥੈਂਕ ਯੂ ਜੀ, ਥੈਂਕ ਯੂ, ਬੜੇ ਵਧੀਆ ਗਿਫਟ ਆਏ, ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਵਾਸਤੇ, ਥੈਂਕ ਯੂ, ਨਹੀਂ ਨਹੀਂ ਬਹੁਤ ਨਹੀਂ, ਬਹੁਤ ਅੱਛੀਆਂ ਜੀ, ਬਹੁਤ ਅੱਛੀਆਂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਲਓ ਜੀ ਹੋਰ ਹੋਰ ਗਿਫਟ ਆਈਆਂ ਜੀ, ਸਾਡੇ ਕਰਮ ਹੀ ਮਾੜੇ ਆ, ਸਾਰੇ ਕਰਮ ਸਿਲਕੀ ਦੇ ਆ, ਸਿਲਕੀ ਵਾਲਾ ਤੇਰੇ ਵਾਸਤੇ ਗਿਫਟ ਆਇਆ, ਉਸ ਘਰ ਮੇਰੇ ਵੀ ਗਿਫਟ ਪਿਆ ਜੀ, ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ ਜੀ, ਆਂਟੀ ਇੱਦਾਂ ਹੀ ਤੁਸੀਂ ਵੀ ਇੱਦਾਂ ਆਉਂਦੇ ਰਹੋ, ਗਿਫਟ ਆਉਂਦੇ ਰਹਿਣਗੀਆਂ। ਮੈਚ ਚੱਲ ਰਿਹਾ ਜੀ ਪਿੱਛੇ, ਹਰੇ ਟੇਗਰੂ ਬੋਲਿੰਗ ਕਰਾ ਰਹੇ, ਟਿਡਬੀ ਡਬਲਯੂ ਹੈ ਸਾਡਾ ਵਿਰਾਟ ਕੋਹਲੀ, ਆਈਸਕ੍ਰੀਮ ਸ਼ੇਕ ਲੈ ਕੇ ਆਇਆ, ਡਰਿੰਕਸ ਬ੍ਰੇਕ ਹੋ ਰਹੀ ਹੈ, ਲਓ ਜੀ, ਲਓ ਜੀ, ਯੂਟਿਊਬ
अरे मारो तारी मारो हाथ दुखिया डिनर टाइम शुरू होने वाला है। डिनर टाइम विचकार आप शुरू कर दे पहली सब्जी। हाँ बैठी और बैठ जा, मजाक कर रहे हैं, बैठ जा राजे। हाँ क्यों बम्ब? मैं हूं जा बम्ब लेके आई है, लेके आई है। मैं तो बोल सकता मेरी वोटी तो इंडिया है, तुम सारे फंसे हो गए बच्चा करा ले तू, हस्पताल पहुंच जा तू। वाह जी ओके जनाब, भैया बड़ा मजा आया, अंदर रहकर हूं कि निकल जाना है वापस। हाँ और बहुत टाइम पे फिर था कोई नहीं, चक्कर चुक्कर लाया राजधानी। ओके बैंड प्यारी, थैंक यू जी।